ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਔਰ ਮੌਜੂਦਾ ਜੋ ਗੱਦੀ ਸਿੰਘ ਸੰਤ ਸ਼੍ਰੀ ਸ਼੍ਰੀ 108 ਸੰਤ ਗੁਰਦੀਪ ਗਿਰੀ ਮਹਾਰਾਜ ਜੀ, ਜੋ ਇਕੱਲਾ ਪੰਜਾਬ ਹੀ ਨਹੀਂ ਭਾਰਤ ਨਹੀਂ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਸਤਿਗੁਰੂ ਰਵਿਦਾਸ ਮਾਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ। ਔਰ ਜਿਵੇਂ ਅਸੀਂ ਜੰਮੂ ਕਸ਼ਮੀਰ ਤੋਂ ਆਏ ਹਾਂ, 5 ਬੱਸਾਂ ਪਠਾਨਕੋਟ ਤੋਂ ਗਈਆਂ, ਇਸ ਤੋਂ ਇਲਾਵਾ ਲੋਕਲ ਸੰਗਤ ਬਹੁਤ ਸੀਗੀ ਔਰ ਪੰਜਾਬ ਤੋਂ ਬਾਹਰ ਗੁਰੂ ਰਵਿਦਾਸ ਨਾਮ ਵਾਲੀ ਸੰਗਤਾਂ ਨੂੰ ਮਹਾਰਾਜ ਜੀ ਗੁਰੂ ਰਵਿਦਾਸ ਮਾਰ ਦੇ ਮਿਸ਼ਨ ਨਾਲ ਜੋੜਿਆ। ਸਰ, ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਇੱਕ ਦਿਨ ਬਹੁਤ ਸਾਡਾ ਤਾਂ ਨਾਮ ਵੀ ਨਹੀਂ ਸੀਗਾ, ਅੱਜ ਇਹ ਇੰਨਾ ਉੱਪਰ ਹੋ ਗਿਆ ਕਿ ਬਹੁਤ ਬਾਹਰੋਂ ਜਿਹੜੇ ਪੂਰੇ ਵਰਲਡ ਦੀਆਂ ਸੰਗਤਾਂ ਜਿਹੜੀਆਂ ਇੱਧਰ ਆਉਂਦੀਆਂ ਔਰ ਉਹਨਾਂ ਉਹ ਵੀ ਸਾਡੇ ਗੁਰੂ ਮਹਾਰਾਜ ਦਾ ਇੰਨਾ ਇੱਜ਼ਤ ਮਾਣ ਕਰਦੀਆਂ ਔਰ ਉਹਨਾਂ ਨੂੰ ਆਪਣੇ ਬਾਹਰਲੇ ਦੇਸ਼ਾਂ ਵਿੱਚ ਸੱਦ ਕੇ ਉਹਨਾਂ ਦਾ ਉਹ ਪ੍ਰੋਗਰਾਮ ਕਰਵਾਉਂਦੀਆਂ ਔਰ ਉਹਨਾਂ ਦਾ ਧੰਨਵਾਦ ਕਰਦੀਆਂ। ਉਹਦੇ ਨਾਲ ਵੀ ਸਾਡੀ ਇੱਜ਼ਤ ਬਹੁਤ ਅੱਗੇ ਗਈ ਹੈ, ਅੱਜ ਉਹਨਾਂ ਦਾ ਨਾਂ ਦੁਨੀਆ ਭਰ ਵਿੱਚ, ਜੈਸੇ ਗੁਰੂ ਰਵਿਦਾਸ ਮਹਾਰਾਜ ਦਾ ਨਾਂ ਪੂਰੀ ਦੁਨੀਆ ਵਿੱਚ ਹੈ, ਪੂਰੇ ਦੇਸ਼ਾਂ ਵਿੱਚ ਹੈ, ਇਸ ਤਰੀਕੇ ਨਾਲ ਸਾਡਾ ਗੁਰੂ ਜਗਤਗਿਰ ਡੇਰਾ ਹੈ ਉਹਦਾ ਵੀ ਬਹੁਤ ਵੱਡਾ ਨਾਮ ਬਣ ਚੁੱਕਿਆ। ਮਹਾਰਾਜ ਨੇ ਖੁਦ ਬੋਲਿਆ, ਗੁਰੂ ਗੁਰਦੇਵ ਗਿਰ ਜੀ ਦਾ ਨੇ ਖੁਦ ਸੰਗਤ ਵਿੱਚ ਖੁਦ 25 ਦਸੰਬਰ ਦੇ ਭੰਡਾਰੇ ਵਿੱਚ ਬੋਲਿਆ ਕਿ ਇਹ ਛੋਟਾ ਮੋਟਾ ਡੇਰਾ ਨਹੀਂ ਰਿਹਾ, ਹੁਣ ਇਹਦਾ ਬਹੁਤ ਵੱਡਾ ਨਾਂ ਹੋ ਗਿਆ ਹੈ। ਬਹੁਤ ਜੈ ਗੁਰੂ ਰਵਿਦਾਸ, ਧੰਨ ਗੁਰਦੇਵ। ਮੈਂ ਹਿਮਰਾਜ ਭਰਦਵਾਜ, ਧਾਰ ਰੋਡ ਸਤੈਣੀ, ਉਧਮਪੁਰ, ਗਲੀ ਪੀਰ ਬਾਬਾ। ਮੈਂ ਗੁਰੂ ਘਰ ਦਾ ਸੇਵਕ, ਜੋ ਬਟੋਤ J&K ਦਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਸ਼ਾਮਿਲ ਹੋਇਆ, ਨਾਲੇ ਮੇਰੇ ਨਾਲ ਸੰਤ ਵੀ ਉੜੀਸਾ, ਗੁਜਰਾਤ, ਮਹਾਰਾਸ਼ਟਰ, ਬਠਿੰਡਾ, ਜੋਧਪੁਰ, ਚਿਤੌੜ ਦੇ ਸਾਰੀ ਸੰਤ ਔਰ ਸੰਗਤ ਦੇ ਨਾਲ ਮੈਂ ਹਾਜ਼ਰ ਹੋਇਆ ਔਰ ਉੱਧਰੋਂ ਵਾਪਸੀ ਉੱਪਰ ਆਪਣੇ ਘਰ 'ਚ ਸੰਤਾਂ ਦੇ ਲੰਚ ਦਾ ਬੰਦੋਬਸਤ ਕੀਤਾ ਔਰ ਉਹਨਾਂ ਦਾ ਬੜਾ ਮੇਰੇ ਨਾਲ ਮੇਰੇ ਉੱਪਰ ਆਸ਼ੀਰਵਾਦ ਹੈ, ਜੋ ਇਹਨਾਂ ਨੇ ਮੇਰੇ ਘਰ ਚਰਨ ਪਾਏ ਔਰ ਗੁਰੂ ਘਰ ਦੀ ਮਰਿਆਦਾ ਕਾਇਮ ਕੀਤੀ ਹੈ ਔਰ ਮੇਰਾ ਇੱਕ ਬਹੁਤ ਇੱਜ਼ਤ ਬਣਾਈ ਔਰ ਗੁਰੂ ਘਰ ਦਾ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਔਰ ਇਸ ਦੀ ਗੱਲ ਦਾ J&K ਦੇ ਉੱਪਰ ਸਾਡੇ ਜਿਹੜੇ ਸ਼ਰਧਾਲੂ ਉਹਨਾਂ ਦਾ ਬਹੁਤ ਇੱਜ਼ਤ ਮਾਣ ਹੋਇਆ ਔਰ ਮੈਂ ਇਸ ਵਾਸਤੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਪੂਰੇ ਜੰਮੂ ਕਸ਼ਮੀਰ ਦੀ ਤਰਫੋਂ ਪੂਰੇ ਮੀਡੀਆ ਦਾ ਸਤਿਕਾਰ ਕਰਦਾ ਹਾਂ ਔਰ ਸਾਰਿਆਂ ਦਾ ਹੀ ਮੈਂ ਗੁਰੂ ਘਰ ਦੀ ਮਰਿਆਦਾ ਨੂੰ ਯਾਦ ਕਰਕੇ, ਖਿਆਲ ਕਰਕੇ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਔਰ ਮੇਰੀ ਤਰਫੋਂ ਸਾਰਿਆਂ ਦਾ ਜੈ ਗੁਰਦੇਵ, ਧੰਨ ਗੁਰਦੇਵ, ਜੈ ਗੁਰੂ ਰਵਿਦਾਸ, ਧੰਨ ਗੁਰੂ ਰਵਿਦਾਸ ਔਰ ਖਾਸ ਕਰਕੇ ਬੱਲਾਂ ਵਾਲੇ ਸੰਤ ਰਾਮਾਨੰਦ ਸ਼ਹੀਦ, ਜੋ ਇਸ ਕੌਮ ਦੇ ਯੋਗਦਾਨ ਦਿੱਤਾ, ਆਪਣਾ ਬਲੀਦਾਨ ਦਿੱਤਾ ਔਰ ਬਹੁਤ ਹੀ ਉਹਨਾਂ ਦਾ ਵੱਡਾ ਉਪਰਾਲਾ ਹੈ ਔਰ ਉਹਨਾਂ ਦਾ ਹੀ ਅਸੀਂ ਆਸ਼ੀਰਵਾਦ ਲੈ ਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ।
ਸਰ ਜਿੱਦਾਂ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਔਰ ਮੌਜੂਦਾ ਜੋ ਗੱਦੀ ਸਿੰਘ ਸੰਤ ਸ਼੍ਰੀ ਸ਼੍ਰੀ 108 ਸੰਤ ਗੁਰਦੀਪ ਗਿਰੀ ਮਹਾਰਾਜ ਜੀ, ਜੋ ਇਕੱਲਾ ਪੰਜਾਬ ਹੀ ਨਹੀਂ ਭਾਰਤ ਨਹੀਂ ਦੁਨੀਆ ਦੇ ਕੋਨੇ ਕੋਨੇ ਵਿੱਚ ਜਾ ਕੇ ਸਤਿਗੁਰੂ ਰਵਿਦਾਸ ਮਾਰ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ। ਔਰ ਜਿਵੇਂ ਅਸੀਂ ਜੰਮੂ ਕਸ਼ਮੀਰ ਤੋਂ ਆਏ ਹਾਂ, 5 ਬੱਸਾਂ ਪਠਾਨਕੋਟ ਤੋਂ ਗਈਆਂ, ਇਸ ਤੋਂ ਇਲਾਵਾ ਲੋਕਲ ਸੰਗਤ ਬਹੁਤ ਸੀਗੀ ਔਰ ਪੰਜਾਬ ਤੋਂ ਬਾਹਰ ਗੁਰੂ ਰਵਿਦਾਸ ਨਾਮ ਵਾਲੇ ਸੰਗਤਾਂ ਨੂੰ ਮਹਾਰਾਜ ਜੀ ਗੁਰੂ ਰਵਿਦਾਸ ਮਾਰ ਦੇ ਮਿਸ਼ਨ ਨਾਲ ਜੋੜਿਆ। ਸਰ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਇੱਕ ਦਿਨ ਬਹੁਤ ਸਾਡਾ ਤਾਂ ਨਾਮ ਵੀ ਨਹੀਂ ਸੀਗਾ, ਅੱਜ ਇਹ ਇੰਨਾ ਉੱਪਰ ਹੋ ਗਿਆ ਕਿ ਬਹੁਤ ਬਾਹਰੋਂ ਜਿਹੜੇ ਪੂਰੇ ਵਰਲਡ ਦੀਆਂ ਸੰਗਤਾਂ ਜਿਹੜੀਆਂ ਇੱਧਰ ਆਉਂਦੀਆਂ ਹੈ, ਔਰ ਉਹਨਾਂ ਉਹ ਵੀ ਸਾਡੇ ਗੁਰੂ ਮਹਾਰਾਜ ਦਾ ਇੰਨਾ ਇੱਜ਼ਤ ਮਾਣ ਕਰਦੀਆਂ ਔਰ ਉਹਨਾਂ ਨੂੰ ਆਪਣੇ ਬਾਹਰਲੇ ਦੇਸ਼ਾਂ ਵਿੱਚ ਸੱਦ ਕੇ ਉਹਨਾਂ ਦਾ ਉਹ ਪ੍ਰੋਗਰਾਮ ਕਰਵਾਉਂਦੀਆਂ ਔਰ ਉਹਨਾਂ ਦਾ ਧੰਨਵਾਦ ਕਰਦੀਆਂ, ਉਹਦੇ ਨਾਲ ਵੀ ਸਾਡੀ ਇੱਜ਼ਤ ਬਹੁਤ ਅੱਗੇ ਗਈ ਹੈ। ਅੱਜ ਉਹਨਾਂ ਦਾ ਨਾਂ ਦੁਨੀਆ ਭਰ ਵਿੱਚ, ਜੈਸੇ ਗੁਰੂ ਰਵਿਦਾਸ ਮਹਾਰਾਜ ਦਾ ਨਾਂ ਪੂਰੀ ਦੁਨੀਆ ਵਿੱਚ ਹੈ, ਪੂਰੇ ਦੇਸ਼ਾਂ ਵਿੱਚ ਹੈ, ਇਸ ਤਰੀਕੇ ਨਾਲ ਸਾਡਾ ਗੁਰੂ ਜਗਤਗਿਰ ਡੇਰਾ ਹੈ ਉਹਦਾ ਵੀ ਬਹੁਤ ਵੱਡਾ ਨਾਮ ਬਣ ਚੁੱਕਿਆ। ਮਹਾਰਾਜ ਨੇ ਖੁਦ ਬੋਲਿਆ, ਗੁਰੂ ਗੁਰਦੇਵ ਗਿਰ ਜੀ ਦਾ ਨੇ ਖੁਦ ਸੰਗਤ ਵਿੱਚ ਖੁਦ 25 ਦਸੰਬਰ ਦੇ ਭੰਡਾਰੇ ਵਿੱਚ ਬੋਲਿਆ ਕਿ ਇਹ ਛੋਟਾ ਮੋਟਾ ਡੇਰਾ ਨਹੀਂ ਰਿਹਾ, ਹੁਣ ਇਹਦੇ ਇਹਦਾ ਬਹੁਤ ਵੱਡਾ ਨਾਂ ਹੋ ਗਿਆ, ਬਹੁਤ ਵੱਡਾ ਡੇਰਾ ਬਣ ਗਿਆ ਹੈ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਧੰਨਵਾਦ ਜੈ ਗੁਰਦੇਵ, ਧੰਨਵਾਦ।